ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ। ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ। ਜਿਸ ਤਰ੍ਹਾਂ ਆਪਾਂ ਹਰ ਸਾਲ ਕੱਢਦੇ ਹਾਂ ਸ਼ੋਭਾ ਯਾਤਰਾ, ਔਰ ਸ਼ੋਭਾ ਯਾਤਰਾ ਦਾ ਕੱਢਣ ਦਾ ਇੱਕੋ ਹੀ ਮਕਸਦ ਹੈ ਹਰ ਸਾਲ ਦੇ ਵਾਂਗ, ਕਿ ਪ੍ਰਭੂ ਯਿਸ਼ੂ ਮਸੀਹ ਬਾਰੇ ਦੱਸਣਾ ਕਿ ਪ੍ਰਭੂ ਯਿਸ਼ੂ ਮਸੀਹ ਧਰਮ ਅਤੇ ਜਾਤ ਨੂੰ ਬਦਲਣ ਨਹੀਂ ਆਏ, ਉਹ ਜੀਵਨ ਨੂੰ ਬਦਲਣ ਆਏ। ਮੇਰਾ ਜੀਵਨ ਬਦਲਿਆ, ਨਸ਼ਿਆਂ ਤੋਂ ਮੈਂ ਆਜ਼ਾਦ ਹੋਇਆ, ਇਸੇ ਜਲੰਧਰ 'ਚ ਜੰਮਿਆ, ਇਸੇ ਜਲੰਧਰ 'ਚ ਪੜ੍ਹਿਆ, ਇਸੇ ਜਲੰਧਰ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਆ। ਔਰ ਪ੍ਰਭੂ ਯਿਸ਼ੂ ਮਸੀਹ ਨੇ ਬਾਈਬਲ 'ਚ ਲਿਖਿਆ ਕਿ ਜਾ ਕੇ ਤੁਸੀਂ ਗੁੱਡ ਨਿਊਜ਼ ਦੇਣੀ ਆ। ਕੀ ਆ ਗੁੱਡ ਨਿਊਜ਼? ਧਰਮ ਬਦਲਣਾ ਗੁੱਡ ਨਿਊਜ਼ ਨਹੀਂ ਹੈ। ਗੁੱਡ ਨਿਊਜ਼ ਇਹ ਆ ਕਿ ਤੁਹਾਡੇ ਪਾਪ ਮਾਫ਼ ਹੋ ਜਾਣਗੇ ਜੇ ਅਸੀਂ ਕਰੂਸ 'ਤੇ ਵਿਸ਼ਵਾਸ ਕਰਾਂਗੇ, ਤੁਹਾਡੀਆਂ ਸ਼ਰਮਿੰਦਗੀਆਂ ਖਤਮ ਹੋਣਗੀਆਂ। ਆਪਾਂ ਕਾਲਜਾਂ ਦੇ ਬਾਹਰ, ਸਕੂਲਾਂ ਦੇ ਬਾਹਰ ਕ੍ਰੋਸ ਦੇਖਦੇ ਹਾਂ, ਹੈ ਨਾ? ਉਹ ਕੀ ਹੈ ਕ੍ਰੋਸ? ਉਹ ਕੋਈ ਕ੍ਰਿਸਚਨ ਧਰਮ ਦੀ ਨਿਸ਼ਾਨੀ ਨਹੀਂ ਹੈ। ਬਾਈਬਲ 'ਚ ਲਿਖਿਆ ਕ੍ਰੋਸ ਸ਼ਰਮਿੰਦਗੀ ਦੀ ਨਿਸ਼ਾਨੀ ਸੀਗੀ, ਅਤੇ ਡਾਕੂਆਂ ਨੂੰ, ਅਪਰਾਧੀਆਂ ਨੂੰ, ਰੇਪਿਸ ਨੂੰ ਦਿੰਦੇ ਸੀ ਕ੍ਰੋਸ ਦੀ ਮੌਤ। ਅਤੇ ਬਾਈਬਲ 'ਚ ਲਿਖਿਆ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸੂਲੀ 'ਤੇ ਚਾੜਿਆ ਗਿਆ, ਅਤੇ ਰਾਜੇ ਨੇ ਪੁੱਛਿਆ ਕਿ ਜੇ ਪ੍ਰਭੂ, ਜੇ ਯਿਸੂ ਮਸੀਹ ਤੂੰ ਇਨਕਾਰ ਕਰ ਦੇਵੇਂ, ਸਿਰਫ ਮੂੰਹ ਤੋਂ ਕਹਿ ਦੇਵੇਂ ਕਿ ਆਰੋਪ ਝੂਠੇ ਨੇ, ਕਿਉਂਕਿ ਨਾ ਇਹਨਾਂ ਕੋਲ ਸਬੂਤ ਨੇ, ਨਾ ਇਹਨਾਂ ਕੋਲ ਕੋਈ ਤੱਥ ਨੇ, ਸਿਰਫ ਤੇਰੇ ਨਾਲ ਜੈਲਸੀ ਅਤੇ ਤੈਨੂੰ ਇਹ ਕਰੂਸ 'ਤੇ ਚੜ੍ਹਾਉਣ ਦੀ ਮੰਗ ਕਰਦੇ ਨੇ, ਅਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸੌਂਪਦਾ, ਔਰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਵਾਪਸ ਲਵਾਂਗਾ। ਔਰ ਤੀਜੇ ਦਿਨ ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠੇ, ਔਰ ਇਹੀ ਮੈਸੇਜ ਹੈ ਕਿ ਉਹ ਜੀ ਉੱਠੇ, ਸਾਡੀਆਂ ਬਿਮਾਰੀਆਂ ਨੂੰ ਉਹਨੇ ਕਰੂਸ 'ਤੇ ਚੁੱਕਿਆ। ਅੱਜ ਜਿਹੜਾ ਬੰਦਾ ਹਿੰਦੂ ਹੋਏ, ਕ੍ਰਿਸਚਨ ਹੋਏ, ਸਿੱਖ ਹੋਏ, ਕ੍ਰਿਸਚਨ ਧਰਮ ਦਾ ਹੋਏ, ਕਿਸੇ ਵੀ ਧਰਮ ਦਾ ਹੋਏ, ਜਿਹੜਾ ਇਹ ਬਿਲੀਵ ਕਰੂਗਾ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਸ਼ਰਮਿੰਦਗੀ ਲਈ ਕ੍ਰੋਸ ਚੁੱਕਿਆ, ਉਹਦੀ ਸ਼ਰਮਿੰਦਗੀ ਖਤਮ ਹੋਊਗੀ, ਉਹ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ। ਆਪਾਂ ਕਹਿੰਦੇ ਗਰੀਬ ਵੀ ਸ਼ਰਮਿੰਦਾ ਨੇ, ਇੱਦਾਂ ਨਹੀਂ ਹੈਗਾ। ਅਮੀਰ ਤੋਂ ਅਮੀਰ ਲੋਕ ਵੀ ਸ਼ਰਮਿੰਦਾ ਨੇ, ਇੰਨੀ ਅਮੀਰੀ ਹੈ ਡਿਪਰੈਸ਼ਨ 'ਚ ਨੇ, ਇੰਨੀ ਅਮੀਰੀ ਹੈ ਬੇਟਾ ਬੇਟੀ ਵਾਸਤੇ ਹੈ ਨਹੀਂ ਗੇ, ਹੈ ਨਾ? ਅਤੇ ਹਰ ਬੰਦੇ ਦੀ ਲਾਈਫ 'ਚ ਸ਼ੈਤਾਨ ਨੇ ਸ਼ਰਮਿੰਦਗੀ ਨੂੰ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਪ੍ਰਭੂ ਯਿਸੂ ਮਸੀਹ ਨੇ ਇੱਕੋ ਗੱਲ ਕਹੀ ਹੈ ਕਿ ਜਿਹੜਾ ਉਸ ਕਰੂਸ ਦੇ ਉੱਤੇ ਵਿਸ਼ਵਾਸ ਕਰੂਗਾ ਕਿ ਮੈਂ ਉਹਦੇ ਲਈ ਚੁੱਕਿਆ, ਉਹ ਆਪਣੀ ਸ਼ਰਮਿੰਦਗੀ ਤੋਂ ਆਜ਼ਾਦ ਹੋਊਗਾ, ਮੈਂ ਸ਼ਰਮਿੰਦਗੀ ਤੋਂ ਆਜ਼ਾਦ ਹੋਇਆ। ਇੱਕ ਜਿਹੜਾ ਹੁਣ ਪੰਜਾਬ ਹੈ, ਜਿਹੜਾ ਕਿੰਨਾ ਨਸ਼ਾ, ਯੂਥ ਨਸ਼ੇ 'ਚ ਭਰਿਆ ਹੋਇਆ, ਅਤੇ ਯੂਥ ਨੂੰ ਕਰਨਾ ਕੀ ਚਾਹੀਦਾ? ਸਪੋਰਟ ਕਰਨੀ ਚਾਹੀਦੀ ਆਪਣੀ ਫੈਮਿਲੀ ਦੀ, ਮਾਂ ਪਿਓ ਨੂੰ ਪਾਲਣਾ ਚਾਹੀਦਾ, ਹੈ ਨਾ? ਲੇਕਿਨ ਹੋ ਕੀ ਰਿਹਾ ਕਿ ਮਾਂ ਪਿਓ ਯੂਥ ਨੂੰ ਸੰਭਾਲ ਰਿਹਾ, ਉਹ ਨਸ਼ੇ ਦੇ ਸੈਂਟਰ 'ਚ ਲੈ ਕੇ ਜਾ ਰਿਹਾ, ਕੀ ਇਹ ਸ਼ਰਮਿੰਦਗੀ ਨਹੀਂ? ਅਤੇ ਕੀ ਆਪਾਂ ਹੁਣ ਇਹ ਦੇਖੀਏ ਕਿ ਆਪਾਂ ਯਿਸੂ ਮਸੀਹ ਦੇ ਜ਼ਿਆਦਾ ਧਰਮ ਬਦਲ ਜੂਗਾ, ਜਾਂ ਆਪਾਂ ਕੋਈ ਫਾਲਤੂ ਗੱਲਾਂ ਕਰੀਏ ਜਿਹੜੀਆਂ ਜਿਹਨਾਂ ਦਾ ਕੋਈ ਪ੍ਰੂਫ ਨੀਗਾ, ਕਿ ਆਪਾਂ ਆਪਣੀ ਸ਼ਰਮਿੰਦਗੀ ਨੂੰ ਦੂਰ ਕਰੀਏ ਜਿਹੜਾ ਰੱਬ ਨੇ ਸਾਡੇ ਲਈ ਉਪਰਾਲਾ ਕੀਤਾ, ਹੈ ਨਾ? ਕਈ ਵਾਰ ਅਸੀਂ ਰੋਂਦੇ ਰਹਿੰਦੇ ਹਾਂ ਅਤੇ ਆਪਾਂ ਇਹ ਨਹੀਂ ਦੇਖਦੇ ਕਿ ਰੱਬ ਨੇ ਉਹਦਾ ਉਪਰਾਲਾ ਕਰ ਦਿੱਤਾ, ਰੱਬ ਨੇ ਉਹਦਾ ਕੰਮ ਕਰ ਦਿੱਤਾ। ਉਹ ਕਹਿੰਦਾ ਕਿ ਸਿਰਫ ਵਿਸ਼ਵਾਸ ਕਰੋ, ਉਹਨੇ ਇਹ ਨਹੀਂ ਕਿਹਾ ਤੂੰ ਆਪਣਾ ਨਾਂ ਪੀਟਰ ਰੱਖ ਲਾ, ਮੇਰਾ ਨਾਮ ਅੰਕੁਰ ਸੀਗਾ, ਮੇਰਾ ਨਾਮ ਅੱਜ ਵੀ ਅੰਕੁਰ ਹੈ, ਕਾਸਟ ਨਰੂਲਾ ਸੀ, ਅੱਜ ਵੀ ਨਰੂਲਾ, ਨਾ? ਅਤੇ ਪ੍ਰਭੂ ਨੇ ਇਹ ਨਹੀਂ ਕਿਹਾ ਆਪਣਾ ਨਾਮ ਬਦਲ, ਉਹਨੇ ਕਿਹਾ ਮੇਰੇ ਕਰੂਸ 'ਤੇ ਵਿਸ਼ਵਾਸ ਕਰੇਗਾ, ਮੇਰੇ 'ਤੇ ਬਿਲੀਵ ਕਰੇਗਾ, ਮੈਂ ਤੇਰੀ ਸ਼ਰਮਿੰਦਗੀ ਨੂੰ ਦੂਰ ਕਰਾਂਗਾ, ਮੇਰੀ ਦੂਰ ਹੋਈ ਆ, ਮੇਰੇ ਨਸ਼ੇ, ਮੇਰੀਆਂ ਬਿਮਾਰੀਆਂ ਦੂਰ ਹੋਈਆਂ,
ਤੇ ਪਰਮੇਸ਼ਵਰ ਤੁਹਾਡੀਆਂ ਵੀ ਕਰੇਗਾ। ਇਹੀ ਮੈਸੇਜ ਦੇਣ ਦੇ ਲਈ ਅੱਜ ਅਸੀਂ 10 ਤੋਂ 15 ਲੱਖ ਲੋਕਾਂ ਨੂੰ ਇਨਵੀਟੇਸ਼ਨ ਦੇਵਾਂਗੇ ਆਪਣੇ ਕ੍ਰਿਸਮਿਸ ਦਾ ਔਰ 31 ਦਾ, ਔਰ ਲੋਕਾਂ ਨੂੰ ਦੱਸਾਂਗੇ ਕਿ ਪ੍ਰਭੂ ਯਿਸੂ ਮਸੀਹ ਦੇ ਘਰ ਆਓ, ਤੁਹਾਨੂੰ ਬੰਨ ਕੇ ਕੋਈ ਖੀਰ ਨਹੀਂ ਖਵਾਉਣ ਲੱਗਾ, ਆ ਕੇ ਆਪੇ ਹੀ ਦੇਖੋ, ਆਪੇ ਹੀ ਆਓ, 4-5 ਹਫ਼ਤੇ ਆਓ, ਦੇਖੋ, ਜੇ ਝੂਠ ਲੱਗੇ ਚਲ ਜਾਓ। ਉੱਥੇ ਕਿਹੜਾ ਕਿਸੇ ਨੇ ਪੁੱਛਣਾ, ਲੱਖਾਂ ਬੰਦਾ ਬੈਠਾ, ਪਤਾ ਹੀ ਨਹੀਂ ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਨਾ, ਜਦ ਤੱਕ ਤੁਸੀਂ ਆਪ ਨਹੀਂ ਦੱਸੋਗੇ ਕਿ ਅਸੀਂ ਇੱਥੋਂ ਆਏ, ਸਾਡੇ ਲਈ ਪ੍ਰਾਰਥਨਾ ਕਰੋ। ਆ ਕੇ ਵੇਖੋ, ਬੈਠੋ, ਸਮਝੋ, ਚੰਗਾ ਲੱਗੇ ਤੇ ਦੇਖੋ ਪਰਮੇਸ਼ਵਰ ਕੀ ਕਰਦਾ, ਤੁਹਾਡੀ ਜ਼ਿੰਦਗੀ 'ਚ ਕਰਦਾ। ਫਿਰ ਨਸ਼ੇ ਦੀ ਗੱਲ ਕੀਤੀ ਹੈ, ਨਸ਼ਾ ਜੋ ਆਪਾਂ ਸਰਕਾਰਾਂ ਵੱਲੋਂ ਵੀ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ, ਤੁਹਾਡੇ ਵੱਲੋਂ ਵੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ, ਸਰਕਾਰਾਂ ਇਹ ਉਹ ਹਿਊਮਨ ਐਫਰਟਸ ਆ, ਹੈ ਨਾ, ਹਿਊਮਨ ਐਫਰਟਸ ਆਪਾਂ ਵੀ ਕਰਦੇ ਹਾਂ, ਆਪਾਂ ਵੀ ਮੰਨ ਲਓ ਕਿਸੇ ਨੂੰ ਕਾਉਂਸਲਿੰਗ ਦਿੰਦੇ ਹਾਂ, ਉਹ ਹਿਊਮਨ ਐਫਰਟਸ ਨਾਲ ਜਿਹੜੀਆਂ ਸ਼ੈਤਾਨੀ ਚੀਜ਼ਾਂ ਉਹ ਕੰਪਲੀਟਲੀ ਖਤਮ ਨਹੀਂ ਹੋ ਸਕਦੀਆਂ। ਜੇ ਹੋਣੀਆਂ ਹੁੰਦੀਆਂ ਤਾਂ ਕਦੀਆਂ ਹੀ ਹੋ ਜਾਂਦੀਆਂ, ਹੈ ਨਾ। ਹੁਣ ਜਿਹਨੇ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਤੁਸੀਂ ਨਸ਼ਾ ਲੈ ਕੇ ਜਾਓਗੇ, ਉਹਨਾਂ 'ਚ ਵਿਕੀ ਜਾਂਦਾ, ਦੇਖੋ, ਹੈ ਨਾ। ਇਹਦਾ ਮਤਲਬ ਹਿਊਮਨ ਐਫਰਟ ਜਿਹੜਾ ਉਹ ਨਹੀਂ ਕਰ ਸਕਦਾ ਸਾਰਾ ਕੁਛ, ਨਾ ਸਾਨੂੰ ਰੱਬ ਦੀ ਲੋੜ ਆ ਸਾਨੂੰ। ਅਤੇ ਪਰਮੇਸ਼ਵਰ ਦੇ ਵੱਲ ਜਦੋਂ ਤੁਸੀਂ ਮੁੜਾਂਗੇ, ਆਪਣੇ ਆਪ ਪਰਮੇਸ਼ਵਰ ਦਇਆ ਕਰੇਗਾ, ਹੈ ਨਾ, ਆਪਣੇ ਆਪ ਰੱਬ ਦਇਆ ਕਰੇਗਾ। ਜਦੋਂ ਪ੍ਰਾਰਥਨਾ ਕਰਾਂਗੇ, ਚਰਚ ਜਾ ਕੇ ਪ੍ਰੇਅਰ ਕਰਾਂਗੇ, ਪ੍ਰਭੂ ਦੀ ਗੱਲ ਨੂੰ ਸਮਝਾਂਗੇ, ਤਾਂ ਆਪਣੇ ਆਪ ਪਰਮੇਸ਼ਵਰ ਦਾ ਆਤਮਾ ਨਸ਼ਿਆਂ ਤੋਂ ਆਜ਼ਾਦ ਕਰੇਗਾ ਲੋਕਾਂ ਨੂੰ। ਕ੍ਰਿਸਮਿਸ ਦੇ ਸੰਬੰਧ ਵਿੱਚ ਅੱਜ ਤੁਹਾਡੇ ਵੱਲੋਂ ਪੂਰੇ ਸ਼ਹਿਰ ਦੀ ਘੜੀਆਂ ਪਰਿਕਰਮਾ ਕੀਤੀ ਜਾ ਰਹੀ ਹੈ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ? ਸੇਮ ਮੈਸੇਜ ਦੇਣਾ ਚਾਹੁੰਦੇ ਹਾਂ, ਗੁੱਡ ਨਿਊਜ਼ ਆਏ। ਇਹ ਧਰਮ ਬਦਲਣ ਦੀ ਗੁੱਡ ਨਿਊਜ਼ ਨਹੀਂ ਹੈ, ਜੀਵਨ ਬਦਲਣ ਦੀ ਗੁੱਡ ਨਿਊਜ਼ ਆ। ਆਪ ਸਾਡਾ ਇਨਵੀਟੇਸ਼ਨ ਅਸੈਪਟ ਕਰੋ, ਆਓ, ਹੈ ਨਾ, ਵਚਨ ਨੂੰ ਸੁਣੋ, ਲੰਗਰ ਨੂੰ ਖਾਓ, ਜਾਓ ਤੇ ਦੇਖੋ, ਫਿਰ ਆਪਣੇ ਵਿਊ ਦੱਸੋ ਕੀ ਸੀਗਾ ਉੱਥੇ। ਤੁਸੀਂ ਵੀ ਆਓ, ਸਾਰੇ ਜਾਣੇ ਵੈਲਕਮ ਤੁਹਾਡਾ ਸਾਰਿਆਂ। ਸੁਪਰੀਮ ਕੋਰਟ ਵੱਲੋਂ ਇੱਕ ਹਾਈਲਾਈਨ ਕੀਤੀ ਵੀ ਕੋਈ ਵੀ ਜਿਹੜਾ ਧਰਮ ਦੇ ਖਿਲਾਫ ਬੋਲਦਾ ਉੱਥੇ ਪਰਚਾ ਲਾਇਆ ਜਾਏ, ਪਰਮੇਸ਼ਵਰ ਨੇ ਧਰਮ ਦੇ ਖਿਲਾਫ ਬੋਲਿਆ ਹੈਗਾ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਦੇਖੋ ਜੀ, ਮੈਂ ਵੀ ਕ੍ਰਿਸਚਨ ਧਰਮ ਦੇ ਖਿਲਾਫ ਬੋਲਦਾ ਸੀ ਨਾ, ਮੈਂ ਵੀ ਉਹਨੂੰ ਗਾਲਾਂ ਕੱਢਦੇ, ਕਹਿੰਦੇ ਪਾਸਟਰ ਮੇਰੇ ਘਰ ਆਏ ਤਾਂ ਕੁੱਟੂੰਗਾ ਇਹਨਾਂ ਨੂੰ ਮੈਂ, ਤੇ ਜੇ ਮੇਰੇ 'ਤੇ ਕਾਰਵਾਈ ਹੋ ਜਾਂਦੀ ਮੈਂ ਪਾਸਟਰ ਨਹੀਂ ਸੀ ਬਣਨਾ, ਹੈ ਨਾ। ਅਤੇ ਮੈਂ ਵੀ ਇਸ ਟਾਈਮ ਕਦੇ ਨੁਕਰੇ ਲੱਗਾ ਹੋਣਾ ਸੀ, ਗੁੱਸਾ ਕਰਦੇ ਹੋਣਾ ਸੀ ਕਿ ਮੇਰੇ 'ਤੇ ਕਾਰਵਾਈ ਹੋਈ, ਅਤੇ ਮੈਂ ਇੱਕ ਦੁਸ਼ਮਣ ਬਣ ਜਾਣਾ ਸੀ। ਅਤੇ ਪਰਮੇਸ਼ਵਰ ਨੇ ਕਿਹਾ ਦੁਸ਼ਮਣਾਂ ਨੂੰ ਪਿਆਰ ਕਰ, ਕਾਹਦੇ ਲਈ ਕਿ ਅਸੀਂ ਵੀ ਉਹੀ ਸੀਗੇ, ਸਾਨੂੰ ਸੱਚਾਈ ਪਤਾ ਲੱਗੀ, ਅੱਜ ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਹਾਂ। ਅੱਜ ਵੀ ਜਿਹੜੇ ਧਰਮ ਬਦਲੇ ਜਾਂਦੇ ਨੇ, ਕਈ ਸਮਾਜ ਜਿਹੜਾ ਉਹ ਧਰਮ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈਗਾ ਵਾ, ਤੁਹਾਡੇ ਵੱਲੋਂ ਇੱਕ ਮੈਸੇਜ ਦਿੱਤਾ ਜਾਂਦਾ, ਹਾਂ ਵੀ ਹਰ ਧਰਮ ਕਿਹੜਾ ਇੱਕ ਮੰਚ ਹੁੰਦਾ ਵਾ ਇਕੱਠੇ, ਇਹ ਭਾਵੇਂ ਮਸੀਹ ਭਾਈਚਾਰਾ। ਦੇਖੋ, ਧਰਮ ਕੀ ਹੈ, ਧਾਰਮਿਕ ਧਰਮ ਕੀ ਹੈ, ਪਰਮੇਸ਼ਵਰ ਦੇ ਵਚਨ 'ਤੇ ਚੱਲਣਾ ਧਰਮ ਹੈ, ਪਰਮੇਸ਼ਵਰ ਦੇ ਵਚਨ ਨੂੰ ਮੰਨਣਾ ਧਰਮ ਹੈ, ਪਵਿੱਤਰਤਾ 'ਚ ਰਹਿਣਾ ਧਰਮ ਹੈ। ਹੁਣ ਮੈਂ ਕੱਪੜੇ 'ਚ ਚਿੱਟੇ ਪਾਲਾਂ, ਕਾਲੇ ਪਾਲਾਂ, ਉੱਪਰੋਂ ਬਦਲਾਂ, ਮੈਂ ਆਹ ਨਹੀਂ ਖਾਣਾ, ਉਹ ਨਹੀਂ ਪੀਣਾ, ਅੰਦਰੋਂ ਮੈਂ ਜੈਲਸੀ ਕਰਾਂ, ਅੰਦਰੋਂ ਵਿਭਿਚਾਰ ਕਰਾਂ, ਪੈਸੇ ਦੇ ਘਪਲੇ ਕਰਾਂ, ਉਹ ਧਰਮ ਨਹੀਂ। ਧਰਮ ਪਵਿੱਤਰਤਾ ਹੀ ਸਿਖਾਉਂਦਾ, ਰੱਬ ਜੀ ਦੇ ਕੋਲ ਆਵਾਂਗੇ ਪ੍ਰਭੂ ਦੇ, ਉਹ ਪਵਿੱਤਰਤਾ ਹੀ ਸਿਖਾਏਗਾ, ਉਹ ਪ੍ਰੇਮ ਕਰਨਾ ਸਿਖਾਏਗਾ। ਜੇ ਪਵਿੱਤਰਤਾ ਹੀ ਅਤੇ ਪ੍ਰੇਮ ਨਹੀਂ ਹੈਗਾ, ਉਹ ਅਸਲੀ ਧਰਮ ਨਹੀਂ ਗਾ।